मम्मी हाँ पुत आ गया पानी का कितनी पीने वाला ले आनी है लापत पानी नहीं लड़दी मैंने पता है नहीं लड़दी सारियां ससां तो नहीं ऐसी जियां हुंदियां वी लड़दियां रहंदियां नहीं लड़दी मैं तेरी बहू नाल ते मेरे में दो शर्तां होंगियां ले है कमला कि ते मां पे ना शर्त करी दे मैं फेर कराऊंगा मैं कराऊंदा ही नहीं चंगा ले दस फिर की शर्त तेरी दस मेरे पुत्त तू मां ही रहना सस ना बनी चंगा पुत्त ससां वाली पड़ी होंदियां हाय वे तैनूं कीने कहता ससां भैड़ियां हुंदियां चल कोई ना मैं तो तेरी भी माँ बन के रहूं ते अपनी नूह दी भी माँ बन के रहूं ठीक है दूजी शर्त है तू लड़ना नहीं ओदे नाल कदे भी तां भी कोई गल होई ला गल ही है होती है चल नहीं लड़दी मैं की लड़ना सोडे नाल दोनों नाल की लड़ू मेरे की पांच सात मुंडे है मैं लड़दी रहूंगी भी अड हो के दूजे ना हो जाऊंगी है कमला इन गल्ला करदा नहीं लड़दी ठीक है मम्मी कर ली मासी ओरे नाल रह फिर हां पुत्त कर लूंगी तेरे नाल ही रह करनी सी मैं मासी हर दिन तेरे दी हां ही आंगी ਆਪਾਂ ਕੱਲ ਨੂੰ ਫਿਰ ਜਾ ਕੇ ਕੁੜੀ ਦੇਖ ਆਵਾਂਗੇ ਜੇ ਕੁੜੀ ਵਧੀਆ ਲੱਗੀ ਕੰਮ ਧੰਦੇ ਵਾਲੀ ਆਪਾਂ ਨੂੰ ਚੱਲ ਵੀ ਆਪਾਂ ਹਾਂ ਕਰ ਦਾਂਗੇ ਚੱਲ ਠੀਕ ਆ ਫਿਰ ਹਾਂ ਚੱਲ ਚੰਗਾ ਪੁੱਤ ਫਿਰ ਰੋਟੀ ਖਾ ਲਾ ਚੱਲ ਖਾਣਾ ਰੋਟੀ ਹੋਰ ਰੋਟੀ ਖਾ ਲਾ ਮੇਰੇ ਪੁੱਤ ਚੱਲ ਪਾਵਾਂ ਮੈਂ ਤੇ ਰੋਟੀ ਤਾਈ ਹਾਂ ਬ੍ਰਿੰਦਰ ਕਰੀਆਂ ਲੰਗਿਆ ਅੱਛਾ ਇੱਧਰ ਬੈਠੋ ਹਾਂ ਪੁੱਤ ਆ ਜਾ ਲੈ ਸਾਡੇ ਵਿਆਹ ਵੇਲੇ ਤਾਂ ਤੂੰ ਟਾਲੀ ਗਿਆ ਧੰਨੇ ਤੇ ਵਗ ਗਿਆ ਕਹਿੰਦਾ ਮੈਂ ਤਾਂ ਤਾਈ ਤਾਈ ਤੈਨੂੰ ਪਤਾ ਤਾਂ ਹੈਗਾ ਹੁਣ ਕਿਸਾਨਾਂ ਨਾਲ ਖੜਨਾ ਵੀ ਜ਼ਰੂਰੀ ਹੈ ਤੇ ਮੈਂ ਸੁਣਾਇਆਗਾ ਵੀ ਭਾਬੀ ਬੜੀ ਚੰਗੀ ਆਈ ਹੈ ਦੇ ਕਰਮਾਂ ਦੇ ਫਲ ਹੁੰਦੇ ਆ ਸਾਡਾ ਮੁੰਡਾ ਕਿਹੜਾ ਮਾੜਾ ਮੁੰਡਾ ਪਰ ਮੈਨੂੰ ਕਿ ਫਰਮ ਮੇਰੇ ਫਰਮ ਤੋਂ ਕੀੜਾ ਲੱਗ ਗਿਆ ਕੀ ਪਤਾ ਚੱਲ ਕੋਈ ਗੱਲ ਨਹੀਂ ਜਿਹੇ ਤੇਰਾ ਸੁਭਾਗ ਸਾਰਾ ਦਿਨ ਟੈ 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 ਕਰਦੀ ਰਹਿੰਦੀ ਗੱਲ ਹੀ ਨਹੀਂ ਸੁਣਦੀ ਮੈਨੂੰ ਤਾਂ ਚਲ ਕੋਈ ਨਾ ਕੋਈ ਜਵਾਬ ਹੋ ਜੂਗਾ ਆਪੀ ਸੁਧਰ ਜੂਗੀ ਆਪੀ ਬੋਲਣੋਂ ਹਟ ਜੂਗੀ ਉਹਦੇ ਨਾਲ ਖੇਡ ਲੱਗੀ ਰਿਹਾ ਕਰੂ ਤੇ ਤੈਨੂੰ ਪਤਾ ਤਾਂ ਹੈਗਾ 24 ਘੰਟੇ ਸਾਡੇ ਘਰੇ ਕਲੇਸ਼ੀ ਪੈ ਰਹਿੰਦਾ ਹੁਣ ਤੂੰ ਸਾਡੇ ਪਾ ਦੇ ਉਹ ਨਹੀਂ ਤਾਈ ਮੈਨੂੰ ਤਾਂ ਮੈਂ ਤਾਂ ਇਹ ਕਹਿੰਦਾ ਵੀ ਸਾਰੇ ਘਰਾਂ 'ਚ ਖੁਸ਼ੀਆਂ ਹੋਣ ਚਲ ਕੋਈ ਨਾ ਬੈਠ ਮੈਂ ਤੇਰਾ ਮਿੱਠਾ ਮੂੰਹ ਕਰਾਉਣੀ ਆ ਲੈ ਤਾਈ ਤਾਂ ਕਹਿੰਦੇ ਪਤੀਸੇ ਨਾਲ ਹੀ ਸਾਰੂ ਪਤੀਸੇ ਨਾਲ ਕਿਉਂ ਸਾਰੂ ਕੱਲ ਚੰਨੀ ਦੇ ਸਹੁਰੇ ਆਏ ਸੀਗੇ ਨਾਲੇ ਉਹਦੇ ਸਾਲਾ ਉਹ ਕਹਿ ਲੈ ਕੇ ਆਏ ਸੀ ਨਾ ਮਠਿਆਈ ਲੈ ਆਏ ਨਾਲੇ ਫਰੂਟ ਵਗੈਰਾ ਲੈ ਆਏ ਮੈਂ ਕਿਹਾ ਚੱਲ ਤੂੰ ਪਤੀਸਾ ਖਾ ਲੈ ਉਹ ਨਹੀਂ ਤਾਈ ਤੂੰ ਸਮਝੀ ਨਹੀਂ ਮੈਨੂੰ ਚੰਨੀ ਨੂੰ ਮਿਲੂੰਗਾ ਉਹ ਕਰਾਉ ਮੇਰਾ ਕੌੜਾ ਮੂੰਹ ਚੰਗਾ ਮਾਂ ਨਾ ਮਸਕਰੇ ਆ ਕੇ ਅੰਨਾ ਜਲਾਹੀ ਤੂੰ ਤਾਂ ਉਹ ਆਂਗਾ ਚੱਲ ਕੋਈ ਗੱਲ ਨਹੀਂ ਹੋਰ ਸੁਣਾ ਫਿਰ ਵਧੀਆ ਰਿਹਾ ਤੇਰਾ ਧੰਨੇ ਤੇ ਵਧੀਆ ਤਾਈ ਸਰ ਹਾਂ ਮਾਰ ਜਾ ਕਰ ਘਰੇ ਕਿਹੜਾ ਆਉਂਗੀ ਮੈਂ ਬੈਲੀ ਹੁੰਨੀ ਆ ਕੰਮ ਤਾਂ ਤੇਰੀ ਭਾਬੀ ਕਰ ਲੈਂਦੀ ਆ ਸਾਰਾ ਹਾਂ ਤਾਂ ਇਹਦਾ ਕੰਮ ਹੁਣ ਤਾਂ ਤੂੰ ਬੈਲੀ ਹੋ ਗਈ ਹੋਰ ਹੱਥ ਹੀ ਨਹੀਂ ਲਾਉਣ ਦਿੰਦੀ ਕਹਿੰਦੇ ਮੰਮੀ ਮੈਂ ਕਰ ਲੂ ਮੈਂ ਕਰ ਲੂ ਮੈਨੂੰ ਆਂਦਾ ਚੱਲ ਪੁੱਤ ਕਰ ਲੈ ਫਿਰ ਇਹਦਾ ਘਰ ਬਾਰ ਆਪੇ ਕਰਦੀ ਰਹਿੰਦੀ ਆ ਕੰਮ ਕਰ ਹੋਰ ਅਸੀਂ ਫਿਰ ਮੂਰੇ ਹੋ ਕੇ ਕੀ ਕਰਨਾ ਮੈਂ ਲੈ ਤਾਈ ਮੈਂ ਤੋ ਸਾਰਾ ਖਾਦਾ ਨਹੀਂ ਜਾਂਦਾ ਮੈਂ ਫੇਰ ਆਉਂ ਠੀਕ ਹੈ ਤੇ ਖਾ ਲਾ ਨਾ ਤਾਈ ਮੈਂ ਤਾਂ ਮਿੱਠਾ ਖਾਦਾ ਨਹੀਂ ਜਾਂਦਾ ਮੈਂ ਤਾਂ ਕੌੜਾ ਮੂੰਹ ਕਰਦੇ ਹਾਂ ਜੋ ਚੰਨੀ ਆ ਗਿਆ ਉਹਨੂੰ ਕਹਿ ਮੈਂ ਫੋਨ ਕਰ ਦੂੰ ਮੈਨੂੰ ਚੰਗਾ ਚੱਲ ਚੰਗਾ नौकरी बारे फार्म जे भरे ओदे बारे कर ला तैयारी मेरे तो बाले ही चाह गया मेरी तो नूह धीया वर्गी नूह आ गई ਮੰਮੀ ਐ ਤਾਂ ਮੇਰੀ ਮੰਮੀ ਵੀ ਨਹੀਂ ਸੀ ਮੈਨੂੰ ਕਰਦੀ ਉਹ ਵੀ ਮਾੜਾ ਮੋਟਾ ਕੰਮ ਕਰਾਉਂਦੀ ਸੋ ਜਮੀ ਨਹੀਂ ਮਾੜਾ ਜਮੀ ਨਹੀਂ ਕਰਨ ਦਿੰਦੀ ਕੋਈ ਨਹੀਂ ਮੈਂ ਤਾਂ ਸੋਤੋਂ ਹੀ ਵੱਧ ਵੱਡੇ ਕਰਮ ਵਾਲੀ ਆ
ਤੁਸੀਂ ਮੈਨੂੰ ਜਮੀ ਨਹੀਂ ਕੰਮ ਕਰਾਉਂਦੇ। ਪਤਾ ਨਹੀਂ ਮੇਰੀਆਂ ਸਾਰੀਆਂ ਸਹੇਲੀਆਂ ਕਹਿੰਦੇ ਸੀ ਮੇਰੀ ਸੱਸ ਇੰਨੀ ਬੁਰੀ ਹੈ, ਮੇਰੀ ਸੱਸ ਇੰਨੀ ਬੁਰੀ ਹੈ, ਪਰ ਮੇਰੀ ਸੱਸ ਤਾਂ ਬਾਹਲੀ ਓ ਚੰਗੀ ਹੈ। ਸੱਚੀ ਮੈਂ ਕੋਈ ਚੰਗੇ ਕਰਮ ਕੀਤੇ ਹੋਣਗੇ। ਨਹੀਂ ਪੁੱਤ, ਸੱਸਾਂ ਵੀ ਨਹੀਂ ਮਾੜੀਆਂ ਹੁੰਦੀਆਂ ਤੇ ਨੂੰਹਾਂ ਵੀ ਨਹੀਂ ਮਾੜੀਆਂ ਹੁੰਦੀਆਂ। ਇਹ ਤਾਂ ਬਸ ਨੂੰਹ ਸੱਸ ਨੂੰ ਆਪੇ ਬਣਾ ਕੇ ਰੱਖਣੀ ਪੈਂਦੀ ਹੁੰਦੀ ਆ ਤੇ ਆਪੇ ਸਾਰਾ ਕੁਛ ਚੰਗਾ ਹੈਗਾ। ਸਹੀ ਗੱਲ ਹੈ, ਮੈਂ ਤਾਂ ਇਹੀ ਪਰਮਾਤਮਾ ਅੱਗੇ ਦੁਆ ਕਰਾਂਗੀ ਆਪਣੀ ਹਮੇਸ਼ਾ ਇੱਦਾਂ ਹੀ ਬਣੀ ਰਹੇ ਮੰਮੀ। ਨਹੀਂ ਪੁੱਤ, ਆਪਣੀ ਤਾਂ ਇਸੇ ਚੰਦਰੇ ਦੀ ਨਜ਼ਰ ਨਾ ਲੱਗ ਜੇ ਆਪਣੇ ਪਰਿਵਾਰ ਨੂੰ, ਜਿਹੜੀ ਮੈਨੂੰ ਸੋਹਣੀ ਸੁਨੱਖੀ ਦੇ ਨਾਲ ਇੰਨੀ ਵਧੀਆ ਨੂੰਹ ਮਿਲੀ ਆ। ਚਲੋ ਠੀਕ ਹੈ ਮੰਮੀ, ਬਾਕੀ ਚਲੋ ਮੈਂ ਬੈਠਦੀ ਹਾਂ ਫਿਰ ਅੰਦਰ, ਤੁਸੀਂ ਵੀ ਆ ਜਾਓ ਬਸ। ਹਾਂ ਹਾਂ ਆ ਗਈ, ਬਸ ਕੋਈ ਗੱਲ ਨਹੀਂ, ਆ ਦੋ ਭਾਂਡੇ ਧੋ ਕੇ ਆ ਗਈ ਨੇ, ਨਾਲੇ ਚਾਹ ਪਾ ਲੈਣੀ, ਦੋਨੇ ਜਣੀਆਂ ਪੀ ਲਾਂਗੇ। ਲੈ ਚਾਹ ਵੀ ਪਾ ਕੇ ਲਈ ਜਾਂਦੀ ਆ, ਹੋਰ ਨਾਲੇ ਉਹ ਪੀ ਲੂਗੀ ਘੁੱਟ ਜਵਾਕੜੀ, ਸਾਰਾ ਦਿਨ ਮਿਹਨਤ ਕਰਦੀ ਹੈ। ਲੈ ਧੀ ਚਾਹ ਦੀ ਘੁੱਟ ਪੀ ਲਾ, ਥੱਕ ਜਾਂਦੀ ਹੋਏਗੀ ਸਾਰਾ ਦਿਨ ਤੂੰ ਵੀ। ਲੈ ਮੰਮੀ, ਮੈਂ ਤਾਂ ਮੌਜ ਨਾਲ ਬੈਠੀ ਰਹਿੰਦੀ ਹਾਂ, ਤੁਸੀਂ ਥੱਕਾਂਗੇ ਇੱਥੇ ਦਿਨ ਨੂੰ, ਕੰਮ ਦਾ ਕੋਈ ਗੱਲ ਨਹੀਂ ਦਿੰਦੀ ਹੈਗੀ। ਪੁੱਤ ਬੈਠਣਾ ਕਿਹੜਾ ਸੌਖਾ, ਢੂਈ ਦੁਖਣ ਲੱਗ ਜਾਂਦੀ ਹੋ, ਬਿੰਦ ਝੱਟ ਵੀ ਨਹੀਂ ਤੂੰ ਤਾਂ ਆਏ ਵੀ ਦੁਪਹਿਰੇ ਸੌਂ ਜਾ। ਪਤਾ ਨਹੀਂ ਕੀ ਮੇਰੇ ਪੁੱਤ ਨੇ, ਜਿਵੇਂ ਕਿਸੇ ਨੇ ਕਿਹਾ ਹੁੰਦਾ ਚਿੱਟੇ ਚੌਲ ਪੁੰਨ ਕੀਤੇ, ਉਹ ਗੱਲ ਹੈ, ਮੇਰੇ ਪੁੱਤ ਨੇ ਵੀ ਚੌਲ ਹੀ ਪੁੰਨ ਕੀਤੇ ਆ। ਮੈਂ ਵੀ ਕੋਈ ਚੰਗੇ ਕਰਮ ਹੀ ਕੀਤੇ ਨੇ, ਇੰਨੇ ਵਧੀਆ ਘਰੇ ਆ ਗਏ। ਸੱਚੀ ਮੈਂ ਸੋਚਦੀ ਹੁੰਦੀ ਸੀ ਕੀ ਪਤਾ ਮੈਨੂੰ ਕਿਹਾ ਜਾ ਪਰਿਵਾਰ ਮਿਲੂਗਾ, ਮੈਂ ਉੱਥੇ ਐਡਜਸਟ ਕਰੂੰਗੀ ਜਾਂ ਨਾ, ਪਰ ਸਭ ਕੁਛ ਠੀਕ ਹੋ ਗਿਆ। ਕਿੰਨਾ ਜਮੀ ਨਹੀਂ, ਮੇਰੀ ਮੰਮੀ ਵੀ ਨਹੀਂ ਮੇਰੇ ਯਾਦ ਆਉਂਦੀ। ਚੱਲ ਕੋਈ ਨਾ ਧੀਏ, ਜੇ ਕੋਈ ਸਮਝੇ ਨੂੰਹਾਂ ਵੀ ਧੀਏ ਹੀ ਹੁੰਦਾ ਸਾਹਮਣੇ, ਹੋਰ ਕੀ ਪੁੱਤ, ਧੀ ਪੁੱਤ ਖੁਸ਼ ਹੋਣੇ ਚਾਹੀਦੇ ਆ। ਕੀ ਲੈ ਜਾਣਾ ਇਸ ਜੱਗ ਤੋਂ, ਚਾਹ ਪੀ ਲੂੰ, ਦੋ ਟਾਈਮ ਦੀਆਂ ਰੋਟੀਆਂ ਆ ਗਈਆਂ। ਤਿਆਰੀ ਫੁੱਲ ਫੁੱਲ ਤਿਆਰੀ ਰੱਖਿਓ। ਹਾਂ ਪਾਣੀ ਦੇ ਬਸ, ਇਹ ਮੇਰੀ ਮੰਮੀ ਦਾ ਸੁਭਾਅ ਕਿਵੇਂ ਲੱਗਿਆ ਤੈਨੂੰ? ਮੰਮੀ ਦਾ ਸੁਭਾਅ ਤਾਂ ਬਾਲਾ ਵਧੀਆ ਸੱਚੀ, ਮੈਨੂੰ ਤਾਂ ਆਇਆ ਸੀ, ਮੈਨੂੰ ਤਾਂ ਡਰ ਲੱਗਦਾ ਉਹਨਾਂ ਸੀ, ਸੁਣਦੇ ਹੁੰਦੇ ਸੀ ਵੀ ਸੱਸ ਪਤਾ ਨਹੀਂ ਕਿਹੋ ਜਿਹੀ ਹੁੰਦੀ ਹੈ, ਇਹਨਾਂ ਦਾ ਸੁਭਾਅ ਦੇਖ ਕੇ ਤਾਂ ਲੱਗੇ ਬਾਲਾ ਵਧੀਆ ਸੁਭਾਅ ਦਾ। ਮੈਂ ਪਹਿਲਾਂ ਸ਼ਰਤਾਂ ਰੱਖੀ ਮੰਮੀ, ਵਿਆਹ ਕਰਾਵਾਂ ਮੰਮੀ, ਸ਼ਰਤ ਆ ਮੇਰੀ ਅਤੇ ਮੈਂ ਨੂੰਹ ਨਾਲ ਆਪਦੀ ਨੂੰਹ ਨਾਲ ਲੜੇਗੀ ਸੀ, ਕਹੀ ਨਹੀਂ ਲੜਦੀ, ਮੈਂ ਧੀਆਂ ਵਾਂਗੂ ਰੱਖੂੰਗੀ, ਤਾਂ ਹੀ ਆਖਿਆ ਮੈਂ ਲੜਦੀ ਨਹੀਂ। ਅੱਛਾ, ਨਹੀਂ ਮੰਮੀ ਦਾ ਸੁਭਾਅ ਬਹੁਤ ਵਧੀਆ ਜੀ। ਮੇਰਾ ਵੀ ਕਰਾ ਦੇ ਚੰਨੀ ਵੀ ਹਜੇ ਤੱਕ ਨੀ ਆਇਆ ਹੈ, ਮੈਨੂੰ ਤਾਂ ਟੈਨਸ਼ਨ ਹੀ ਹੋਈ ਪਈ ਹੈ, ਤੈਨੂੰ ਵੀ ਪਤਾ। ਹੋਰ ਮੈਨੂੰ ਤਾਂ ਬਾਹਲੀ ਹੋਈ ਪਈ ਹੈ, ਇੰਨੇ ਟਾਈਮ ਦੀ ਮਿਹਨਤ ਹੈ ਨਾ। ਹਾਂ ਇਹ ਤਾਂ ਹੈ, ਚੱਲ ਕੋਈ ਨਾ, ਟੈਨਸ਼ਨ ਨਾ ਕਰ, ਪਰਮਾਤਮਾ ਭਲੀ ਕਰੂਗਾ ਸੱਚੇ ਪਾਤਸ਼ਾਹ। ਹੋਰ ਮੇਰੇ ਤਾਂ ਕੁਛ ਖਾਣ ਪੀਣ ਨੂੰ ਨਹੀਂ ਜੀ ਕਰਦਾ, ਕਦੋਂ ਆਉਣ ਤੇ ਕਦੋਂ ਖੁਸ਼ ਖਬਰੀ ਦੇਣ। ਇਹ ਤਾਂ ਹੈ, ਲੈ ਉਹ ਆ ਗਏ ਵੱਡੇ ਕੰਮ ਨਾਲ, ਲੈ ਮੈਂ ਵਧਾਈ ਹੋਵੇ, ਲੈ ਡੱਬਾ ਚੱਕੀ ਹੋਣਾ, ਕਾਹਦੀ ਵਧਾਈਆਂ ਦੇ ਹੀ ਆ ਨਾ, ਨੌਕਰੀ ਲੱਗ ਗਈ ਪਾਲੀ, ਲੈ ਪੁੱਤ ਵਧਾਈਆਂ ਤੈਨੂੰ, ਲੈ ਕਰਦੀ ਏ ਮਿੱਠਾ ਮੂੰਹ, ਤੂੰ ਕਰ ਪਹਿਲਾਂ ਤਾਂ। ਥੈਂਕ ਯੂ ਮੰਮੀ, ਮੇਰਾ ਵੀ ਕਰਾ ਦੇ, ਮੈਂ ਵਧਾਈ ਲੈ ਕੇ ਆਇਆ। ਲੈ ਲੈ ਤੂੰ ਕਿਤੇ ਪਿੱਛੇ ਹੈਗਾ, ਇਹ ਸੱਚੇ ਪਾਤਸ਼ਾਹ ਸੁਣ ਲਈ ਮੇਰੀ, ਨਾਲੇ ਮੇਰੀ ਧੀ ਦੀ ਸੁਣ ਲਈ, ਵਿਚਾਰੇ ਨੇ ਬਾਹਲੀ ਮਿਹਨਤ ਕੀਤੀ ਸੀ, ਬਾਹਲੀ ਮਿਹਨਤ ਕੀਤੀ। ਹੋਰ ਚਲ ਚਾਹ ਬਣਾ ਕੇ ਲਿਆ ਮੰਮੀ।
ਚਾਹ ਬਣਾ ਕੇ ਲਿਆਉਣੀ ਮੈਂ ਬਣਾ ਲੈਣੀ ਮੰਮੀ ਨਾ ਨਾ ਕੋਈ ਨਾ ਬੈਠੋ ਤੁਸੀਂ ਮੈਂ ਲਿਆਉਣੀ ਚਾਹ ਚਲੋ ਵਧੀਆ ਤੁਸੀਂ ਬੜਾ ਵਧੀਆ ਕੀਤਾ ਅਗਰ ਆਪਣੇ ਸੁਣ ਲਈ ਸਵੇਰ ਦਾ ਬੋਝ ਪਿਆ ਪੈਸੇ ਵੀ ਪਤਾ ਨਹੀਂ ਕੀ ਹੋਊਗਾ ਮੈਨੂੰ ਤਾਂ ਆਪ ਟੈਨਸ਼ਨ ਹੋਈ ਪਈ ਸੀ ਮੈਂ ਕਿਹਾ ਨੌਕਰੀ ਮਿਲੂਗੀ ਨਹੀਂ ਰੱਬ ਨੇ ਸੁਣ ਲਈ ਪਹਿਲਾਂ ਰਾਇ ਕਾ ਆਇਆ ਤੇਰਾ ਸਹੀ ਗੱਲ ਹੈ ਮੰਮੀ ਤਾਂ ਮੈਨੂੰ ਕੰਮ ਵੀ ਨਹੀਂ ਸੀ ਕਰਨ ਦਿੰਦੇ ਮੈਨੂੰ ਐਸੀ ਜੇ ਹੁਣ ਵੀ ਕੁਝ ਬੇਕਾਰ ਜਿਹਾ ਰਿਜ਼ਲਟ ਆ ਗਿਆ ਮੰਮੀ ਕੀ ਕਹਿਣਗੇ ਵੀ ਨਾਲੇ ਮੈਂ ਤਾਂ ਕੰਮ ਵੀ ਨਹੀਂ ਸੀ ਕਰਾਉਂਦੀ ਤੇ ਫਿਰ ਵੀ 85% ਸੀ ਤੇਰੇ ਨੰਬਰ ਤੇਰੀ ਨੌਕਰੀ ਦੇ ਪਹਿਲੇ ਚ ਮਿਲਣੀ ਸੀ ਹੋਣੀ ਸੀ ਗਈ ਮਿਹਨਤ ਵੀ ਇੰਨੀ ਕੀਤੀ ਹੈ ਮੈਂ ਅਸੀਂ ਮੰਮੀ ਨੇ ਕਹਦਾ ਮੈਂ ਕੰਮ ਨਾ ਕਰਾਇਆ ਕਰ ਪੇਪਰਾਂ ਦੀ ਤਿਆਰੀ ਕਰਾਂ ਦੇ ਪਾਲੀ ਨੂੰ ਮੈਂ ਜ਼ਿੰਦਗੀ ਭਰ ਨੂੰ ਸਾਡੇ ਦੋਨਾਂ ਦੀ ਨੌਕਰੀ ਕਰਾਉਂਦੀ ਹੈਗੀ ਮੰਮੀ ਤਾਂ ਮੰਮੀ ਮੇਰੀ ਸਿਆਣੀ ਆ ਸਹੀ ਗੱਲ ਹੈ ਮੰਮੀ ਬੜੀ ਸਿਆਣੀ ਨੇ ਚਾਹ ਪਾ ਚਾਹ ਤੂੰ ਚਾਹ ਨਾਲ ਬਣਾ ਕੇ ਲਿਆ ਪਾ ਹਾਂ ਮੰਮੀ ਦੇਖ ਲਿਆ ਲੈ ਮੈਂ ਵੰਡਿਆ ਆਂ ਉਧਰ ਚਾਚੇ ਦਾ ਚਾਚਾ ਇਹ ਵੀ ਦਿਓ ਹਾਂ मम्मी जी चलो ठीक है मैं जा रही हूँ ठीक है चंगा पुत जा ध्यान ना जाए हाँ हाँ ध्यान ना ही जाऊंगी ते बाकी उन्होंने दस दियो बाहर गया है ने मिलना हाँ हाँ कोई गल नहीं जा ठीक है मम्मी ठीक है पुत भाग जा ਤਾਈ ਨੂੰ ਵੇਈ ਤੇਰੇ ਕੰਮ ਲਾਈ ਆ ਗਈ ਨਾ ਰੋਣ ਪੋਤੀ ਹੋੜ ਥੱਲੇ ਦੇ ਕੀ ਬੋਲੀ ਐ ਨਾ ਬੰਦਰ ਮੈਂ ਤਾਂ ਤੇਰਾ ਕੁਛ ਨਹੀਂ ਸਮਝ ਆਉਂਦਾ ਆ ਜਾ ਬਹਿ ਜਾ ਮੈਂ ਤਾਂ ਸਿਰਤਾ ਕਰਦਾ ਨਹੀਂ ਸਕਦਾ ਸੀਗਾ ਵੀ ਭਾਬੀ ਆਈ ਜਾਏਗੀ ਕੰਮ ਕਰਦੀ ਐ ਸਾਰਾ ਕੁਝ ਤਾਂ ਤੈਨੂੰ ਕੰਮ ਤੇ ਲਾ ਰੱਖਿਆ ਹੈਗਾ ਕਾਹਨੂੰ ਬ੍ਰਿੰਦਰ ਉਹਨੂੰ ਨੌਕਰੀ ਮਿਲ ਗਈ ਉਹ ਉੱਥੇ ਵਗ ਜਾਂਦੀ ਆ ਘਰ ਘਰ ਦੇ ਕੰਮ ਹੁੰਦੇ ਚਲ ਮੈਂ ਆਪੇ ਕਰ ਦਿੰਨੀ ਆ ਪਰ ਮੈਂ ਤਾਂ ਥੱਕ ਜਾਂਦੀ ਉਹ ਤਾਈ ਮੈਨੂੰ ਵੀ ਪਤਾ ਨੌਕਰੀ ਮਿਲ ਗਈ ਹੁਣ ਮੈਂ ਤੈਨੂੰ ਵਧਾਈਆਂ ਦੇਵਾਂਗੇ ਫੱਟੇ ਮੂੰਹ ਖਾ ਦੇਣਾ ਮੈਨੂੰ ਤਾਂ ਪੁੱਤ ਤੇਰੀ ਭੋਰਾ ਸਮਝ ਨਹੀਂ ਆਉਂਦੀ ਓਹੋ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਤੈਨੂੰ ਵਧਾਈਆਂ ਦੇਵਾਂਗੇ ਤੈਨੂੰ ਫੱਟੇ ਮੂੰਹ ਖਾ ਬੇ ਕਾਹਨੂੰ ਇਹ ਜਿਹਾ ਕੁਛ ਬੋਲੀ ਜਾਂਦਾ ਉਹ ਜਵਾਕੜੀ ਪਾਗ ਜਾਂਦੀ ਉਹਨੂੰ ਨੌਕਰੀ ਮਿਲ ਗਈ ਘਰ ਦੇ ਕੰਮ ਤਾਂ ਮੈਂ ਆਪੇ ਹੀ ਕਰ ਲੈਣੀ ਉਹ ਗੱਲ ਨੌਕਰੀ ਦੀ ਨਹੀਂ ਤਾਈ ਹਾਂ ਸਾਰਾ ਕੁਝ ਹੈਗਾ ਆਪਣੇ ਘਰੇ ਇਹ ਤਾਂ ਤੂੰ ਫੇਰ ਵੀ ਉਹਨੂੰ ਨੌਕਰੀ ਤੇ ਭੇਜੀ ਜਾਨੀ ਐ ਤੇ ਤੂੰ ਆਪ ਫੇਰ ਬੁੜਕੁੜ ਬੋਤੀ ਬੁੜ ਥਲੇ ਹੋਈ ਪੋਚੇ ਹੋਈ ਝਾੜੂ ਫੇਰ ਗੋਹਾ ਗੂੜਾ ਕਰਦੀ ਰਹੇਗੀ ਫਾਇਦਾ ਕੀ ਦੱਸਦਾ ਤੇ ਵਿਆਹ ਕਰਾਇਆ ਤਾਂ ਮੁੰਡੇ ਦਾ ਚੱਲ ਕੋਈ ਗੱਲ ਨਹੀਂ ਬ੍ਰਿੰਦਰ ਫਿਰ ਜਵਾਕਾਂ ਮੂਰੇ ਤੈਨੂੰ ਵੀ ਪਤਾ ਹੁਣ ਜਿਹੇ ਜਿਹਾ ਜ਼ਮਾਨਾ ਹੋਵੇ ਜਾਂ ਕੁਛ ਚੱਲਣਾ ਪੈਂਦਾ ਜਵਾਕਾਂ ਮੂਰੇ ਕੀ ਜਵਾਕਾਂ ਮੂਰੇ ਜੇ ਉਹਨਾਂ ਮੂਰੇ ਹੁਣ ਬੋਲੇਗੀ ਫੇਰ ਹੀ ਐ ਨਿੱਤੇ ਤਾਂ ਦੇਦਾ ਬੁੜੀ ਹੋਈ ਨੂੰ ਪਾਣੀ ਝਾਕੇਗੀ ਆਹੋ ਗੱਲਾਂ ਕਰਦੀ ਐ ਫੇਰ ਕਹੇਗੀ ਫਰਾਨੇ ਦੇ ਮੂੰਹ ਨੂੰ ਮਾੜੀ ਐ ਵੀ ਫਰਾਨੇ ਉਂਗਲਾਂ ਲਾਉਂਦੇ ਨੇ ਜੇ ਹੁਣ ਬਸ ਚਾਹੁੰਦੀ ਤਾਂ ਕਰ ਲੈ ਇਦੋਂ ਬਾਅਦ ਨਹੀਂ ਆਉਣੀ ਹੋਰ ਗੱਲ ਤਾਂ ਤੇਰੀ ਵੀ ਠੀਕ ਆ ਦਿਲ ਤੇਰੀ ਬਹੂ ਕਿੰਨਾ ਬੋਲਦੀ ਐ ਮੈਂ ਤਾਂ ਐ ਸੀ ਜਵਾਬ ਹੋਏ ਮਗਰੋਂ ਸੁਧਰ ਜੂਵੇ ਤਾਂ ਸੁਧਰੀ ਨਹੀਂ ਉਹ ਜੀ ਦੀ ਉਹ ਚਲੋ ਉਹ ਤਾਂ ਜਿਹੇ ਜੀ ਹੈ ਜੀ ਹੈਗੀ ਐ ਹੁਣ ਤੂੰ ਤਾਂ ਗੱਲ ਖਾਨੇ ਪਾਲਾ ਤਾਈ ਆਪਦੀ ਨੂੰ ਘਰੇ ਬੜਾ ਦਾਦੀ ਨੌਕਰੀ ਚੱਕ ਕੇ ਹੈਗੀ ਨਹੀਂ ਆਪਣੇ ਘਰੇ ਲੋਕ ਗੱਲਾਂ ਕਰਨਗੇ ਵੀ ਇਹਨਾਂ ਦੀ ਬਹੂ ਬਾਹਰ ਤੋਂ ਹੀ ਫਿਰਦੀ ਐ ਕਮਾਲ ਕਰਦੀ ਐ ਤਾਈ ਤੂੰ ਗੱਲ ਤਾਂ ਤੇਰੀ ਵੀ ਠੀਕ ਐ ਲੋਕ ਤਾਂ ਗੱਲਾਂ ਕਰਦੇ ਹੀ ਐ ਪਰ ਮੈਂ ਕਿਹਾ ਵੀ ਹੁਣ ਕੀ ਮੇਰੀ ਕਿੱਥੇ ਸੁਣਨਗੇ ਹਣਾ ਚੰਨੀ ਨੂੰ ਕਹਿ ਚੰਨੀ ਨੂੰ ਫੇਰ ਕੰਮ ਬੁਣਤਾ ਭਾੜਦੀ ਐ ਚੰਨੀ ਮੇਰੇ ਨਾਲ ਗੁੱਸੇ ਹੋ ਜੂਗਾ ਕਹੂਗਾ ਮਾਂ ਮੇਰੇ ਨਾਲ ਵਾਅਦਾ ਕੀਤਾ ਸੀ ਤੂੰ ਵਿਆਹ ਵੇਲੇ ਹੁਣ ਮੈਂ ਕਿੱਥੋਂ ਕੀ ਵਾਅਦਾ ਕੀਤਾ ਸੀ ਖਾਣਗਾ ਮੈਂ ਵੀ ਕੋਈ ਕੰਮ ਨਹੀਂ ਕਰਾਇਆ ਕਰਦੀ ਮਾਂ ਬਣ ਕੇ ਰਹੂੰਗਾ ਮਾਂ ਮੈਂ ਨਹੀਂ ਸੱਸ ਬਣਦੀ ਉਹ ਫਿਰ ਮਾਂ ਬਣ ਕੇ ਰਹੇਗੀ ਕੰਮ ਤਾਂ ਨਹੀਂ ਕਰੇਗੀ ਸਾਰਾ ਹੁਣ ਭਾਂਡੇ ਤੂੰ ਮਾਂਦੀ ਐ ਪੋਚੇ ਤੂੰ ਬਣਾਉਂਦੀ ਐ ਝਾੜੂ ਤੂੰ ਮਾਰਦੀ ਐ ਹੁਣ ਮੈਂ ਤਾਂ ਥੱਕ ਜਾਂਦੀ ਆ ਬ੍ਰਿੰਦਰ ਸੌਣ ਲੱਗੀ ਥੱਕ ਜਾਂਦੀ ਆ ਇਹੀ ਪੁਸਪੱਲੇ ਰਹਿ ਜੂਗਾ ਬਿਠਾਲਾ ਕਰੇ ਹੈ ਵੀ ਮੌਕਾ ਤੈਨੂੰ ਨੂੰ ਘਰ ਦੇ ਕੰਮਾਂ ਵਾਸਤੇ ਹੁੰਦੀ ਐ ਚਾਕੇ ਨੌਕਰੀ ਲਵਾਦੀ ਚੱਲ ਕੋਈ ਨਾ ਫਿਰ ਅੱਜ ਆਉਣ ਦੇ ਜਦੋਂ ਹੱਥ ਨੇ ਆਈ ਉਹਨੂੰ ਕਹਿ ਦੂੰਗੀ ਰੋਟੀ ਟੁੱਕ ਦਾਲ ਦੂਰ ਤੂੰ ਧਰ ਲਾ ਮੈਂ ਨਾ ਪਕਾਉਂਗੀ ਹੋਰ ਕੀ ਹੈ ਬੰਦੇ ਚ ਟਰਾਮ ਕਰ ਲੂੰ ਉਹਨੇ ਨਰਿੰਦਰ ਕੀ ਨੂੰ ਹਾਂ ਜਾਂਦੀ ਤਾਂ ਹੈਗੀ ਆ ਨੌਕਰੀ ਤੇ ਹਾਂ ਸਾਰਾ ਘਰ ਦਾ ਕੰਮ ਕਰਕੇ ਫੇਰ ਜਾਂਦੀ ਐ ਹਾਂ ਆਹੋ ਸੱਸ ਦੀ ਐ ਭਜਦੇ ਗੁੱਟੇ ਗੁੱਟਾ ਤੇ ਹੱਥਨੇ ਫੇਰ ਸਾਰਾ ਕੰਮ ਕਰਾਉਂਦੀ ਐ ਉਹ ਨਹੀਂ ਪੈਰ ਪੜਦੀ ਸੱਸ ਹੋਵੇ ਤਾਂ ਇਹ ਜੀ ਹਾਂ ਆ ਕੀ ਤਾਈ ਤੂੰ ਤਾਂ ਇਹ ਕੁਝ ਕਰਦੇ ਰਹਿ ਜੇਗੀ ਬਈ ਤੂੰ ਤਾਂ ਮੇਰੀ ਅੱਖਾਂ ਖੋਲਤੀਆਂ ਹੋਰ ਮੈਂ ਹੁਣ ਆਰਾਮ ਕਰਨ ਵਾਲੇ ਦੇਣਾ ਬਿੰਦ ਚੱਟ ਤੇਰੀ ਮਾਂ ਕੋਲੇ ਬੈਠਾ ਉਧਰ ਜਾਵਾਂ ਉਧਰ ਜਾਵਾਂ ਮੈਂ ਤਾਂ ਆਹ ਕੰਮਾਂ ਧੰਦੇ ਚ ਬੜੀ ਰਹਿਣੀ ਆ ਮੈਂ ਤਾਂ ਸਾਰਾ ਦਿਨ ਨਹੀਂ ਨਿਕਲਦੀ ਮੈਂ ਵੀ ਕਹਾ ਤਾਈ ਪਹਿਲਾਂ ਤਾਂ ਘਰੇ ਆ ਜਾਂਦੀ ਸੀਗੀ ਵੀ ਹੁਣ ਆਉਂਦੀ ਕਿਉਂ ਨਹੀਂ ਜਾ ਕੇ ਦੇਖਾਂ ਸੀ ਉਹ ਤਾਂ ਪਿੱਛੇ ਆ ਕੇ ਪਤਾ ਲੱਗਿਆ ਵੀ ਸਾਰੇ ਕੰਮ ਤਾਂ ਤੂੰ ਕਰਦੀ ਆ ਹਾਂ ਮੈਥੋਂ ਤਾਂ ਹੀ ਨਹੀਂ ਆਇਆ ਜਾਂਦਾ ਸੀ ਕੋਈ ਗੱਲ ਨਹੀਂ ਕੱਲ ਨੂੰ ਮੈਂ ਉਹਨੂੰ ਕੰਮ ਤੋਂ ਜਾਣ ਤੋਂ ਪਹਿਲਾਂ ਕਹੂੰਗੀ ਨੌਕਰੀ ਕਰਦੀ ਆ ਘਰ ਪਹਿਲਾਂ ਘਰ ਦੇ ਕੰਮ ਕਰ ਆਉਣ ਦੇ ਹੱਥ ਨੇ ਮੈਂ ਤਾਂ ਚੰਨੀ ਤੋਂ ਚੋਰ ਨੂੰ ਹੀ ਕਹਿੰਦੀ ਜੀ ਤਾਈ ਹਾਂ ਹਾਂ ਸਮਝ ਗਈ ਮੈਂ ਤਾਂ ਕੋਈ ਨਹੀਂ ਕੰਮ ਲਾ ਲਿਆ ਕਰੂੰਗੀ ਬੇ ਕਿਤੇ ਮੇਰੀ ਗੁੱਤਣੀ ਨਾ ਪੱਟ ਦੇ ਕਰਲੀ ਨੂੰ ਫੜ ਕੇ ਨਾ ਕੁੱਟ ਦੇ ਆਏ ਕਿਵੇਂ ਕੁੱਟ ਦੂ ਜਿਹੜੇ ਸਾਡੇ ਨਾਲ ਘਰ ਲੱਗਣੀ ਜ਼ਮੀਨ ਪਈ ਹੈ ਤੁਹਾਡੀ ਹਾਂ ਉੱਥੇ ਕੋਠੀ ਪਾਲੋ ਘਰੇ ਰੱਖੇ ਨੂੰ ਤੇ ਨਾਲੇ ਜਨਾਨੀਆਂ ਦੀ ਕੀਮਤ ਨੂੰ ਮੈਂ ਦੇਵਾਂਗਾ ਕਦੇ ਸਾ ਦਾਲ ਚ ਨੂੰ ਕਰਤਾ ਕਦੇ ਚਾਣੀ ਸਵਾਦ ਪ੍ਰਾਣਾ ਤੇ ਉਹ ਕਿਵੇਂ ਨਾ ਕਿਵੇਂ ਪੂਛ ਨੱਪੀ ਰੱਖੀ ਫੇਰ ਗੱਲ ਬਣੂ ਤੇਰੀ ਆਪੇ ਲੇਟ ਫੋਲਟ ਹੋ ਜੂਗੀ ਆਪੇ ਹਟ ਜੂ ਨੌਕਰੀ ਤੋਂ ਆਪੇ ਕੱਢ ਦੇਾਂਗੇ
हाँ, तू तो मेरा भले ही समझदा तू तो का चुगली है तू तो मेरे मुंह ते हूं कही जाना है मैं चुगली कहती होर घुट चाह बनाना बस बस रहन दे ताई तेनू आप नू मिल जे बहुत है तेरा करके पीऊं तेनू पिया दूंगी ना ताई तू बिल्ली थकी पई है हथने दाल दूर मैं नहीं धरती अज मैं तो आराम कर दी हूं कपड़े केड़े पोचे लाई पे मम्मी जी पै गए मैं कदों की पई हूं कि पैगी बाली गर्मी बारे तो सची मैं थक गई तू कहे थक गई पुत मेरा भी सिर दुखी आंदा मैं भी थकी पी आंदा अच्छा मम्मी और मैं तो ना कोई सब्जी बनाई आ रोटी का तार कि आना सी मैं हाय मैं तो बाली भुख लगी सी मम्मी अगे तो तुसी इस टाइम ते बना लेंदे सीगे बना तो लेंदी सी पुत अज तो मैं ना सिर दुखी आंदा मैं तो अज तो नहीं बनाई है इहदा मतलब मैनू आप नू बनानी पऊ फिर अज रोटी कोई ना पुत तेरा आपदा घर है की गल है भी आप नू बनाउणी पऊ बना ला नहीं मम्मी ओ गल नहीं है कि अज थोड़ा थक के आई सी ना चल मैं बनाउणी है फिर मैं तो भुख वाली लगी है और बना फिर ले इंदी बारी भुख लगी पई है आदत पई सी ना पक्कियां पकाईयां खान दी अज आप पका के खाऊगी फिर पता लगूगा भी कम की चीज हुंदी है मैं तो थक के जांदी सी सारा दिन कदे उई मैं तो सोचया सी मैं थकदी सी अज मैं सोच लिया सी कि मैं भी थकी पई है चल आप ही कर लिया करूंगी हुण वो मेरी सास आ कि मैं उही बना के रखण ले अज पहले दिन गई सी तो मम्मी ने पहले दिन ही वो करता अगे रोज कम टाइम नाल कम कर लेंदी सी अज मम्मी ने पता नहीं की होया सच्ची आए लगदा जिवें किसे ने चुगली कीती हुंदी है मम्मी ने तो कदे मेरे नाल आए उही नहीं कीता सी हुण मैं थक के आके कम भी करना पै गया मैं भी ना किड्डी पागल आ खबर सच्ची बीमार हो गई बेचारी चल आप तो फिर खा लूं पहले मम्मी जी नूं देखिया होगा ਕਦੋਂ ਦੀ ਗਈ ਹੈ ਜਿੱਲ ਜਿੱਲ ਕਰੀ ਜਾਂਦੀ ਵੀ ਚਾਰ ਰੋਟੀਆਂ ਪਕਾ ਕੇ ਕੰਮ ਨਵੇੜ ਆ ਲੋ ਮੰਮੀ ਜੀ ਕੁੜੇ ਚੌਲ ਬਣਾ ਕੇ ਲਿਆਈ ਮੈਂ ਨਹੀਂ ਖਾਂਦੀ ਚੌਲ ਮੇਰੇ ਟੱਗੀ ਬਥੇਰਾ ਜੂਰੀਆ ਹੋਏ ਮੇਰੇ ਤਾਂ ਗਿੱਟੇ ਗੋਡੇ ਦੁਖਦੇ ਆ ਮੰਮੀ ਜੀ ਦੇਖੋ ਕਦੋਂ ਮੈਂ ਸਬਜ਼ੀ ਬਣਾਈ ਤੇ ਕਦੋਂ ਰੋਟੀ ਬਣਾਈ ਤੁਸੀਂ ਪਲੀਜ਼ ਅੱਜ ਚੌਲ ਖਾ ਲਓ ਨਾ ਮੇਰੇ ਤਾਂ ਬੰਦਾ ਨਹੀਂ ਮੈਂ ਬਾਲੀ ਥੱਕੀ ਪਈ ਆ ਥੱਕਣ ਉੱਥੇ ਦਿਨ ਸਾਰਾ ਦਿਨ ਬੈਠੀ ਸੀ ਪਾਲੀ ਦੱਸ ਤੂੰ ਉੱਥੇ ਚਾਖਾ ਕੱਤਦੀ ਸੀ ਕਿੱਥੇ ਮੰਮੀ ਤੁਹਾਨੂੰ ਇਹ ਲੱਗਦਾ ਵਿਹਲਾ ਬੈਠਣਾ ਪਤਾ ਕਿੰਨਾ ਔਖਾ ਸੀ ਕਿਸੇ ਦੇ ਫਾਰਮ ਕਿਸੇ ਦੇ ਫਾਰਮ ਬਾਲਾ ਔਖਾ ਫਿਲ ਕਰਨਾ ਪਲੀਜ਼ ਮੰਮੀ ਬਣ ਕੇ ਖਾ ਲਵਾ ਦੇ ਤੇਰੇ ਲਈ ਤਾਂ ਇਹ ਲਾ ਦਿਆ ਫਾਰਮ ਫੂਰਮ ਜੇ ਵੀ ਜਿਵੇਂ ਮੈਨੂੰ ਲੱਗਦਾ ਪਹਾੜਾਂ ਪੱਥਰ ਲੈ ਕੇ ਆਈ ਹੁੰਨੀ ਆ ਤੂੰ ਤਾਂ ਜਿਵੇਂ ਚੱਕ ਕੇ ਆਏ ਗੱਲਾਂ ਕਰਦੀ ਆ ਮੈਂ ਤਾਂ ਦੇਖ ਨਾਲੇ ਤੇਰੇ ਬਾਪੂ ਜੀ ਨੂੰ ਖੇਤ ਰੋਟੀ ਫੜਾ ਕੇ ਆਉਂਦੀ ਸੀ ਨਾਲੇ ਮੈਂ ਚੰਨੀ ਨੂੰ ਗੋਦੀ ਚੱਕ ਕੇ ਲੈ ਕੇ ਜਾਂਦੀ ਸੀ ਨਾਲੇ ਤੇਰੇ ਚਾਚੇ ਦਾ ਮੁੰਡਾ ਨਾਲ ਬਰਿੰਦਰ ਉਹ ਵੀ ਕਹਿੰਦਾ ਤਾਈ ਮੈਂ ਵੀ ਜਾਣਾ ਨਾਲੇ ਮੈਂ ਉੱਥੇ ਸਾਰਾ ਦਿਨ ਉੱਥੇ ਜਾ ਕੇ ਰੋਟੀ ਟੁੱਕ ਕਰਦੀ ਉੱਥੇ ਖੇਤ ਲੱਗੀ ਉਹਦੇ ਨਾਲ ਰਹਿੰਦੀ ਸੀ ਮੈਂ ਬਾਲੀ ਕਰਨੀ ਗੱਲ ਨਹੀਂ ਬਾਲੀ ਕੀ ਤਾਂ ਮੈਂ ਰੋਟੀ ਬਣਾਈ ਤੂੰ ਕੀ ਪਾਲੀ ਬਣਾਈ ਜਾਂਦੀ ਹੈ ਕੀ ਹੋ ਗਿਆ ਤੈਨੂੰ ਕੀ ਹੋਣਾ ਸੀ ਸਿਰ ਦੁਖੀ ਹੁੰਦਾ ਮੇਰਾ ਅੱਗੇ ਤੂੰ ਬਣਾਉਂਦੀ ਸੀ ਤੇ ਜੇ ਅੱਜ ਤੇਰੀ ਬਹੂ ਬਣਾ ਲੂ ਕਿਹੜਾ ਲੋੜਾ ਆ ਜੂ ਤੂੰ ਤਾਂ ਐਂ ਪੁੱਛਦਾ ਪਤਾ ਨਹੀਂ ਮੈਂ ਇਹ ਜਾਂ ਕੀ ਕਰਤਾ ਵੀ ਰੋਟੀ ਨੂੰ ਕਿਹਾ ਚੰਨੀ ਮੈਂ ਤੂੰ ਬਣਾ ਚੱਲ ਹੁਣੇ ਚੌਲ ਬਣਾ ਤੇ ਮੈਨੂੰ ਨਹੀਂ ਪਸੰਦ ਰੋਟੀਆਂ ਬਣਾ ਦੂ ਮੈਂ ਅੱਜ ਨੌਕਰੀ ਕੀ ਤੱਕੀ ਹੋਗੀ ਕੋਈ ਨਾ ਤੱਕੀ ਹੋਗੀ ਦੂੰਗੀ ਕਰਦੀ ਨੌਕਰੀ ਕਿਹੜਾ ਕੱਲੀ ਜਾਂਦੀ ਆ ਪਾਲੀ ਲਿਆ ਫਿਰ ਕੀ ਬਣਾਇਆ ਹਾਂਜੀ ਲੈ ਕੇ ਹੀ ਬਸ ਲਿਆ ਬਹੁਤ ਭੁੱਖ ਲੱਗੀ ਆ ਚੌਲ ਬਣਾਇਆ ਨੂਣ ਮਿਰਚਾਂ ਨੇ ਮੈਥੋਂ ਬਚਣਾ ਚਲ ਮੈਨੂੰ ਤਾਂ ਵਧੀਆ ਲੱਗਦੇ ਚਾਲ ਤੈਨੂੰ ਤਾਂ ਆਪੇ ਵਧੀਆ ਲੱਗਣਗੇ ਬਹੂ ਨੇ ਬਣਾਇਆ ਨਾ ਤੈਨੇ ਤੇ ਫੇਰ ਕੀ ਕਰਾਂ ਮੰਮੀ ਰੋਟੀ ਖਾਣ ਚਾਲ ਢੇਡੀ ਭਰਨਾ ਮੈਂ ਪਾਣੀ ਲੈ ਕੇ ਹਾਰਾ ਸਾਰਾ
ਬਹੁਤ ਸਵਾਦ ਬਣਾਇਆ ਹਾਂ ਸਵਾਦ ਆ ਮੈਂ ਵੀ ਖਾ ਕੇ ਦੇਖੇ ਸੀ ਬਹੁਤ ਸਵਾਦ ਲੱਗੇ ਮੈਨੂੰ ਵੀ ਜਦੋਂ ਬਣਾਈ ਤੇ ਹੁਣ ਖਾਣੇ ਆ ਸਵਾਦ ਬਣਿਆ ਚਾਹ ਹਾਂ ਜੀ ਵਧੀਆ ਬਣਿਆ ਮੈਂ ਤਾਂ ਆਪ ਖਾਦੇ ਮੰਮੀ ਜੀ ਨੂੰ ਪਤਾ ਨਹੀਂ ਕੀ ਹੋਇਆ ਕਹਿੰਦੇ ਚੰਗੇ ਨਹੀਂ ਲੱਗਦੇ ਕੋਈ ਬੁਖਾਰ ਇੰਨੇ ਵਧੀਆ ਬਣੇ ਮੰਮੀ ਨਹੀਂ ਨਹੀਂ ਵਧੀਆ ਮੈਂ ਕਦੋਂ ਕਿਹਾ ਮਾਮਾ ਖਾਦੇ ਆ ਮੈਨੂੰ ਬੁਖਾਰ ਹੋਇਆ ਪਿਆ ਕੌੜੇ ਲੱਗੇ ਮੈਨੂੰ ਚੰਗਾ ਹਣ ਬਾਲੀ ਖਤਰਦਾਰੀ ਨਾ ਉਹਦੇ ਮਗਰ ਲੱਗਿਆ ਪਿਆ ਸਵਾਦ ਬਣੇ ਪਏ ਸਵਾਦ ਬਣੇ ਪਏ ਖਾਣਾ ਫਿਰ ਹੁਣ ਸਾਰੇ ਲੱਖ ਭਰ ਕੇ ਖਾਣਾ ਨਾ ਕਰਕੇ ਚਮਚੇ ਨਾਲ ਕਾਹਨੂੰ ਖਾਣਾ ਗਾ ਕਿ ਮੈਨੂੰ ਲੱਗਿਆ ਪਿਆ ਉਹਦੀ ਤਾਰਖਦਾਰੀ ਕਰਨ ਨੂੰ ਮੈਨੂੰ ਬੁਖਾਰ ਚੜਿਆ ਪਿਆ ਮੈਨੂੰ ਤਾਂ ਘੰਟਾ ਹੋ ਗਿਆ ਪੁੱਛੋ ਦਵਾਈ ਦਵਾ ਲੈਣਾ ਫਿਰ ਦਵਾਈ ਦਵਾ ਲੈਣਾ ਹੁਣ ਨਹੀਂ ਮੈਂ ਦਵਾਈ ਲਿਆਉਂਦੀ ਬਸ ਪਈ ਜਾਊਂਗੀ ਮੈਂ ਤਾਂ ਗੋਲੀ ਖਾਧੀ ਹੋਈ ਹੈ ਮੇਰੇ ਤੋਂ ਦੇਣੇ ਮਗਰ ਹੀ ਲੱਗ ਜਾਂਦੇ ਆ ਚਾਰ ਦਿਨਾਂ ਦੇ ਵਿਆਹ ਤੇ ਕੀ ਮੁੜ ਕੇ ਬਹੂ ਹੀ ਚੰਗੇ ਲੱਗਣ ਲੱਗ ਜਾਂਦੇ ਅੱਜ ਚੌਲ ਬਣਾ ਤੇ ਪਹਿਲੇ ਦਿਨ ਚੌਲ ਸਵਾਲ ਆ ਚੌਲ ਸਵਾਲ ਲੱਗਦੇ ਖਾਣਾ ਫਿਰ ਤੂੰ ਸਵਾਦ ਤਾਂ ਹੀ ਖਾਈ ਨਾ ਮੰਮੀ ਕੋਈ ਗੱਲ ਨੀ ਬਸ ਸਰੇ ਪਿਆ ਮਿੰਟਾਂ ਤੇਰਾ ਵੀ ਦੇਖੇ ਪਿਆ ਸਾਰਾ ਕੁਝ ਤੂੰ ਅੱਗੇ ਤਾਂ ਵਧੀਆ ਕਰੀ ਉਹਨੇ ਤਰੀਫਾਂ ਕਰੀ ਦੀ ਮੇਰੀ ਨੂੰਹ ਬਾਈ ਸੋਹਣੀ ਹੈ ਮੈਂ ਕੰਮ ਕਰਦੀ ਚੰਗਾ ਮੇਰਾ ਨਾ ਚਿੱਤ ਨਹੀਂ ਠੀਕ ਚੰਗੀ ਤੂੰ ਨਾ ਮੈਥੋਂ ਹੋਰ ਨਾ ਕੁਛ ਸੁਣ ਲਈ ਬਗ ਜਾਏ ਤੇ ਮੈਂ ਖਾਂਦਾ ਨਹੀਂ ਆ ਲੈ ਆ ਪਾਲੀ ਖਾਂਦਾ ਸਾਰਾ ਮੂਡ ਖਰਾਬ ਕਰਤਾ ਆ ਬਿੰਦਕ ਨੂੰ ਫੇਰ ਬਹਿ ਜਾਓਗੇ ਅੰਦਰ ਪਾ ਕੇ ਇਕੱਠੇ ਆਪ ਤੇ ਫਿਰ ਢਿੱਡ ਭਰ ਕੇ ਖਾ ਲਓਗੇ ਦੋ ਰੋਟੀਆਂ ਨੂੰ ਕਹੇ ਤਾਂ ਦਾਲ ਸਬਜ਼ੀ ਬਣਾਉਣ ਲੱਗ ਗਈ ਮੰਮੀ ਜੀ ਆ ਚਾਹ ਪੀ ਲਓ ਬਿਸਕਿਟ ਵਗੈਰਾ ਲਿਆਂਦਾ ਕੁਛ ਖਾਣ ਲਈ ਨਾ ਮੈਂ ਤਾਂ ਕੁਛ ਨਹੀਂ ਖਾ ਲਿਆ ਕਰ ਲਿਆ ਕੰਮ ਸਾਰਾ ਹਾਂ ਮੈਂ ਝਾੜੂ ਪੋਚਾ ਵਗੈਰਾ ਇਹ ਕਰਤਾ ਤੇ ਖਾਣਾ ਰਹਿ ਗਿਆ ਗੱਲ ਮੈਂ ਤੇ ਬਾਹਰ ਹੀ ਖਾ ਲੂੰ ਜੇ ਤੁਸੀਂ ਬਣਾ ਕੇ ਖਾ ਲਓ ਠੀਕ ਹੈ ਮੈਂ ਜਾ ਰਹੀ ਹਾਂ ਬੜੀ ਲੇਟ ਹੋ ਗਈ ਓਕੇ ਲੈ ਫਿਰ ਗੱਲ ਸੁਣ ਬੈਠ ਹਾਂਜੀ ਮੰਮੀ ਤੂੰ ਅੱਜ ਰਹਿਣ ਦੇ ਜਾਣ ਨੂੰ ਕਿਤਨੇ ਪਈਆਂ ਨੌਕਰੀਆਂ ਹੋਰ ਤੂੰ ਤਾਂ ਕਹਿਤਾ ਮੈਂ ਬਾਹਰ ਖਾ ਲੂੰਗੀ ਤੇ ਮੈਂ ਕਿੱਥੇ ਰੋਟੀ ਖਾਊਂਗੀ ਕੁੜੇ ਨਾ ਮੈਥੋਂ ਬਣਨੀ ਮੈਂ ਤਾਂ ਆਪ ਕਰਤੀ ਹੈ ਤੀਆਂ ਮੰਮੀ ਉਹਦੇ ਜੁਆਇਨਿੰਗ ਦਾ ਸਾਰੇ 2 ਦਿਨ ਹੋਏ ਨੇ ਪਹਿਲੇ ਹੀ ਇਦਾਂ ਮਿਸ ਕਰਕੇ ਕਿੱਥੇ ਚੱਲੂਗਾ ਮੰਮੀ ਨਾ ਚਾਹ ਤਾਂ ਤੂੰ ਬੱਕੂ ਕੀ ਬਣਾਈ ਪਈ ਹੈ ਨਹੀਂ ਮੰਮੀ ਚਾਹ ਤਾਂ ਵਧੀਆ ਬਣੀ ਹੈਗੀ ਸੌਂਕ ਮੋਣੇ ਭੁੱਲ ਗਈ ਮੈਨੂੰ ਲੱਗਦਾ ਤੂੰ ਮੰਮੀ ਫਿਰ ਮੈਨੂੰ ਸੌਂਕ ਦਾ ਪਤਾ ਨਹੀਂ ਸੀ ਨਾ ਪਹਿਲਾਂ ਸਾਰਾ ਕੰਮ ਤੁਸੀਂ ਦੇਖਦੇ ਹੁੰਦੇ ਸੀਗੇ ਮੰਮੀ ਹੁਣ ਮੈਨੂੰ ਚਲੇ ਜਾਣ ਤੋਂ ਮੈਂ ਲੇਟ ਹੋ ਰਹੀ ਹਾਂ ਕਹਿ ਤਾਂ ਦਿੱਤਾ ਮੈਂ ਕਿਹਾ ਰਹਿਣ ਦੇ ਕੋਈ ਤੂੰ ਲੈਦੀ ਨਹੀਂ ਹੈਗੀ ਲੋਕਾਂ ਨਾਲੋਂ ਪਰਮਾਤਮਾ ਦਿੱਤਾ ਸਾਰਾ ਕੁਛ ਆਪਣੇ ਘਰੇ ਬਥੇਰਾ ਪੈਸਾ ਜ਼ਮੀਨ ਜਾਇਦਾਦ ਹੈਗੀ ਨਾਲੇ ਕਿਹੜਾ ਸਰਦਾ ਨੇ ਨੌਕਰਾਂ ਬਿਨਾਂ ਸਰਜੂਗਾ ਆਪਣ ਤਾਂ ਮੰਮੀ ਮੇਰੀ ਇੰਨੇ ਸਾਲਾਂ ਦੀ ਮਿਹਨਤ ਆ ਹੁਣ ਜ਼ਮੀਨ ਖੂਹ ਚ ਪਾ ਰਹੇ ਹੋ ਤੁਸੀਂ ਤਾਂ ਤੁਸੀਂ ਇਹ ਜੇ ਕਿਉਂ ਹੋ ਗਏ ਪਹਿਲਾਂ ਤਾਂ ਇਹ ਜੇ ਜ਼ਮੀਨ ਨਹੀਂ ਸੀਗੇ ਚੱਲ ਕੋਈ ਨਾ ਹੁਣ ਤੂੰ ਮੈਨੂੰ ਤਾਂ ਨਹੀਂ ਸਿਖਾਏਂਗੀ ਹੁਣ ਤੂੰ ਤਾਂ ਤੜਕੇ ਵਗ ਜਾਂਦੀ ਆ ਭੈਣੇ ਸਾਰਾ ਦਿਨ ਮੈਂ ਥੱਕ ਜਾਂਦੀ ਕੰਮ ਧੰਦੇ ਕਰਦੀ ਬਸ ਆਪਦੇ ਕੰਮ ਧੰਦੇ ਕਰ ਆਪਦਾ ਘਰ ਸੰਭਾਲ ਉੱਧਰ ਕੋਠੀ ਪਾਉਣੀ ਸ਼ੁਰੂ ਕਰਨੀ ਹੈ ਕਿ ਬਾਬਾ ਚ ਮਿਸਤਰੀ ਲਾਉਣੇ ਬਸ ਨਹੀਂ ਤਾਂ ਤੇਰੇ ਤਾਏ ਕੇ ਨੇੜੇ ਵਗ ਜਾਂਗੇ ਤੇ ਨਾਲੇ ਚੱਲ ਉਹ ਹੋ ਜੂਗਾ ਬਿੰਦ ਝੱਟ ਉੱਧਰ ਜਾਇਆ ਜਾਂਦਾ ਹੁਣ ਮੈਥੋਂ ਦੂਰ ਉੱਧਰ ਵੀ ਨੀ ਗੇੜਾ ਵੱਜਦਾ ਮੈਂ ਤਾਂ ਸਾਰਾ ਦਿਨ ਕੰਮ ਧੰਦੇ ਕਰਦੀ ਥੱਕ ਜਾਂਦੀ ਹੈਗੀ ਤੂੰ ਰਹਿਣ ਦੇ ਨੌਕਰੀ ਨੂੰ ਆਪੇ ਮੈਂ ਕਹਿ ਦੂ ਚੰਨੀ ਨੂੰ ਬਸ ਕਿਧਰੇ ਨੀ ਆਪਾਂ ਨੂੰ ਸਰਦਾ ਗਾ ਸਾਰਾ ਕੁਛ ਹੈਗਾ ਜਾਂ ਬਹਿ ਜਾ ਅੰਦਰ ਜਦੋਂ ਮੇਰਾ ਜੀ ਕੀਤਾ ਮੈਂ ਕਹਿ ਦੂੰਗੀ ਰੋਟੀ ਟੁੱਕ ਬਣਾਉਣ ਨੂੰ ਭਾਂਡੇ ਮਾਂਜਿਆ ਚਾਹ ਆ ਵੀ ਲੈ ਜਾ ਕੱਪ ਜਾ ਹੋਰਾ ਸਵਾਦ ਨਹੀਂ ਲੱਗੀ ਮੇਰੀ ਤਾਂ ਚਾਹ ਮੋਰੀ ਬਕ ਬਕੀ ਜੀ ਕਰਕੇ ਮੇਰੇ ਮੱਥੇ ਮਾਰੇ ਤੜਕੀ ਵੀ ਤੂੰ ਚੱਜ ਦੀ ਚਾਹ ਕਰਦੀ ਜੋ ਤੈਨੂੰ ਪਤਾ ਮੈਂ ਸੌਂਫ ਪਾ ਕੇ ਪੀਨੀ ਆ ਖੰਡ ਵਾਲੀ ਚਾਹ ਉਹ ਬਣਾਤੀ ਭੋਰਾ ਗੁੜ ਪਾਲਾ ਕਾਢ ਲਾ ਤੂੰ ਵਧੀਆ ਬਣ ਜੇ ਚਾਹ ਕਿੱਥੇ ਦਿਮਾਗ ਖਰਾਬ ਕੀਤਾ ਹੁਣ ਨਹੀਂ ਜਾਂਦੀ ਬਸ ਨੌਕਰੀ ਅੱਜ ਤੋਂ ਬਾਅਦ ਕਿਤੋਂ ਹੀ ਪਈਆਂ ਨੌਕਰੀਆਂ ਕੀ ਹੋਇਆ ਮੰਮੀ ਉੱਠੀ ਨਹੀਂ ਅੱਜ ਤੂੰ ਉੱਠੀ ਸੀ ਪੁੱਤ ਉੱਠੀ ਕਾਹਤੋਂ ਨੀ ਮੈਂ ਪਾਲੀ ਨਾਲ ਕੰਮ ਕਰਾ ਕੇ ਫੇਰ ਪੈਗੀ ਅੱਜ ਮੈਂ ਉਹਨੂੰ ਜਾਣ ਨੀ ਦਿੱਤਾ ਮੈਂ ਖਰੇ ਪਾ ਤੂੰ ਕੀ ਹੋ ਗਿਆ ਬੁਖਾਰ ਤਾਂ ਚੜਿਆ ਪਿਆ ਮੈਨੂੰ ਕੀ ਕਰਾਂ ਮੈਂ ਘਰੇ ਆ ਉਹ ਤਾਂ ਮੇਰੇ ਮੂਹਰੇ ਬੋਲਣ ਲੱਗ ਗਈ ਜੇ ਮੈਂ ਰਹਿਣ ਨੂੰ ਕਿਹਾ ਤੂੰ ਤਾਂ ਕਹਿੰਦਾ ਸੀ ਨਾ ਮੈਨੂੰ ਵੀ ਮੰਮੀ ਮੰਮੀ ਬਣ ਕੇ ਰਹੀ ਸੱਸ ਨਾ ਕਦੇ ਬਣ ਜੀ ਮੈਂ ਤਾਂ ਪੁੱਤ ਮੰਮੀ ਬਣ ਕੇ ਰਹੀ ਆ ਮਾਂ ਬਣ ਕੇ ਰਹੀ ਆ ਅੱਜ ਉਹ ਨੂੰਹ ਬਣ ਗਈ ਮੇਰੇ ਕੋਲੇ ਆ ਕੇ ਉਹ ਨੀ ਧੀ ਬਣੀ ਬੋਲਦੀ ਆ ਮੈਨੂੰ ਕਹਿੰਦੀ ਮੈਂ ਕੀ ਕਰਾਂ ਕਹਿੰਦੀ ਮੇਰੇ ਨਾਲ ਸਾਰੀਆਂ ਸਹੇਲੀਆਂ ਡਿਊਟੀ ਕਰਦੀਆਂ ਐ ਕਰਦੀਆਂ ਤੂੰ ਤਾਂ ਕਹਿੰਦੀ ਬਹਾਨੇ ਲਾ ਕੇ ਪਏਗੀ ਕਹਿੰਦੀ ਕਿਹੜਾ ਤੈਨੂੰ ਕੁਛ ਹੋਇਆ ਕੁਛ ਨਹੀਂ ਹੋਇਆ ਕਹਿੰਦੀ ਬਹਾਨਾ ਲਾਈ ਜਾਂਦੀ ਆ ਮੈਂ ਕਿਹਾ ਨਹੀਂ ਪੁੱਤ ਮੈਂ ਬਹਾਨਾ ਨਹੀਂ ਲਾਉਂਦੀ ਮੈਂ ਸੱਚੀ ਬਿਮਾਰ ਆ
ਕਹਿੰਦੀ ਮੈਥੋਂ ਇਹ ਸਿਆਪੇ ਹੁੰਦੇ ਮੈਂ ਤਾਂ ਨੌਕਰੀ ਕਰਨੀ ਆ ਉਹਦੇ ਪੇਕੇ ਜਾ ਕੇ ਰਹਿ ਪੂੰਗੀ ਮੂਹਰੋਂ ਐਂ ਕਹਿਣ ਲੱਗ ਗਈ ਮੈਂ ਤਾਂ ਪੇਕਿਆਂ ਦਾ ਨਾਮ ਵੀ ਨਹੀਂ ਲਿੱਤਾ ਨਾ ਮੈਂ ਉਹਨੂੰ ਜਾਣ ਬਾਰੇ ਕਿਹਾ ਵੀ ਤੂੰ ਜਾ ਨਾ ਮੈਂ ਕੁਛ ਹੋਰ ਕਿਹਾ ਅੱਜ ਉਹਦੇ ਨਹੀਂ ਕਹਿਤਾ ਸੀ ਮੈਂ ਖਰੇ ਫਿਰ ਕੀ ਲੋੜਾ ਆ ਗਿਆ ਇੱਕ ਦਿਨ ਨਾਲ ਕੀ ਹੋ ਗਿਆ ਇੱਕ ਦਿਨ ਰਹਿ ਬੰਦੀ ਛੁੱਟੀ ਲੈ ਲੈਂਦੀ ਤੇ ਬਿਮਾਰ ਆ ਕੇ ਤੂੰ ਕੰਮ ਕਰਦੀ ਰਹੀ ਆ ਕੰਮ ਤਾਂ ਉਹ ਤਾਂ ਮੈਂ ਕਰਦੀ ਸੀ ਦੇਖ ਲਾ ਮੈਂ ਤਾਂ ਤੇਰੇ ਬਾਅਦ ਤੇ ਵੀ ਖੜੀ ਆ ਵੀ ਚੱਲ ਜਿਵੇਂ ਤੂੰ ਕਿਹਾ ਸੀ ਮੈਂ ਤਾਂ ਉਵੇਂ ਮਾਂ ਬਣ ਕੇ ਰਹਿਣੀ ਆ ਉਹ ਵੀ ਨਹੀਂ ਮੇਰੀ ਨੂੰਹ ਬਣਦੀ ਚੱਲ ਮੈਂ ਕੋਈ ਮਾੜੀ ਗੱਲ ਆ ਉਹਦੀ ਮਾਂ ਚੱਲ ਕਾਹਨੋਂ ਕਾਹਨੋਂ ਜਦੋਂ ਤੂੰ ਮੇਰਾ ਪੁੱਤ ਇੰਨਾ ਵਧੀਆ ਮੈਂ ਤਾਂ ਕਦੇ ਸੱਸਾਂ ਵਾਲੀ ਗੱਲ ਹੀ ਨਹੀਂ ਕੀਤੀ ਕਹਿੰਦੀ ਮੈਂ ਤਾਂ ਪਿੰਡ ਵਗ ਜੂੰਗੀ ਮੈਂ ਧਮਕੀ ਜਾਂਦੀ ਇਹਦੇ ਨੂੰ ਕਹਿੰਦੀ ਮੈਂ ਉੱਥੇ ਡਿਊਟੀ ਤੇ ਵਗ ਜਾ ਕਰੂੰਗੀ ਫਿਰ ਮੈਂ ਕੀ ਕਰਾਉਣਾ ਨੂੰਹਾਂ ਤੋਂ ਦੇਖ ਲਾ ਤੂੰ ਹੁਣ ਮੈਂ ਵੀ ਹੁਣ ਮੈਂ ਕੋ ਰਹਿਣ ਦੇ ਨੌਕਰੀ ਹੋਰ ਫਿਰ ਕੀ ਕਰਾਉਣਾ ਫਿਰ ਐਂ ਕਰਦੀ ਆਪਾਂ ਕੋਈ ਆਪਾਂ ਕੋਲੇ ਹੋਰ ਪੁੱਤ ਸਾਰਾ ਕੁਝ ਆ ਪਰਮਾਤਮਾ ਦਿੱਤਾ ਆਪਣੇ ਘਰੇ ਤਾਂ ਮੈਂ ਤਾਂ ਐਂ ਸੀ ਚੰਗੀ ਚੰਗੀ ਹੋਊਗੀ ਨੂੰਹਾਂ ਤਾਂ ਆਪੇ ਰੰਗ ਦਿਖਾਉਣ ਲੱਗ ਗਿਆ ਗੱਲ ਮਾਵਾਂ ਕੀ ਕਰਨ ਸੱਸਾਂ ਕੀ ਕਰਨ ਵਿਚਾਰੀਆਂ ਮੈਂ ਤਾਂ ਨਾ ਸੋਚਿਆ ਚੱਲ ਮੈਂ ਨੌਕਰੀ ਲੱਗ ਜੂ ਚੱਲ ਸੁਪਨਾ ਪੂਰਾ ਹੋ ਜੂ ਸੁਪਨੇ ਪੂਰੇ ਕਰਦੇ ਰਹੋ ਇਹ ਤਾਂ ਆਪਦੇ ਧੀ ਪੁੱਤ ਦੇ ਚੰਗਾ ਲੱਗਦਾ ਅਗਲਾ ਨੂੰਹ ਨੂੰ ਤਾਂ ਚੰਡ ਕੀ ਰੱਖੇ ਆ ਕੇ ਫੇਰ ਹੀ ਕੰਮ ਆਉਂਦਾ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਉਹਦੇ ਨਾਲ ਹੋਰ ਕਰ ਗੱਲ ਪੁੱਤ ਉਹਦੇ ਨਾਲ ਹੁਣ ਕਿ ਨਹੀਂ ਜਾਣਾ ਲੜਾਉਣੀ ਆ ਤੂੰ ਮਾਂ ਨਾਲ ਮੇਰੇ ਨਾਲ ਹਾਂ ਡਰਾਬਾ ਦੇਤਾ ਮੈਂ ਤਾਂ ਪੇਕੇ ਵਗ ਜੂ ਕਹਿੰਦੀ ਉੱਥੇ ਨੌਕਰੀ ਐ ਧਮਕੀ ਜਾਂਦੀ ਆ ਹਾਂ ਕੋਈ ਗੱਲ ਚੱਲ ਐਵੇਂ ਨਾ ਉੱਚਾ ਨੀਵਾਂ ਬੋਲੀ ਹੂੰ ਸਮਝਾ ਦੀ ਜੇ ਸਮਝੀ ਮੈਂ ਸਮਝਾਉਣਾ ਕੋਈ ਗੱਲ ਹੋਰ ਹੂੰ ਕਹਿਦੀ ਵੀ ਨਹੀਂ ਜਾਣਾ ਕੰਮ ਤੇ ਇੱਥੇ ਬੈਠੀ ਮੌਜਾਂ ਨਾਲ ਤੂੰ ਕਿਉਂ ਜੀ ਕੰਮ ਕਰਕੇ ਆ ਕੇ ਬੈਠੀ ਆ ਤੂੰ ਮੰਮੀ ਨਾਲ ਜਵਾਨ ਲੜਾਉਣੀ ਆ ਮੈਂ ਮੰਮੀ ਤਾਂ ਕੁਛ ਨਹੀਂ ਕਿਹਾ ਸੰਕ ਮੰਮੀ ਉਲਟ ਮੈਨੂੰ ਕਿ ਬੋਲਦੇ ਨੇ ਪਹਿਲਾਂ ਮੰਮੀ ਇਹ ਤੇ ਜਮੀ ਨਹੀਂ ਸੀ ਚਾਹ ਬਣਾ ਦੂੰ ਤਾਂ ਕਹਿਣਗੇ ਬੇਕਾਰ ਆ ਕੁਛ ਖਾਣ ਨੂੰ ਬਣਾ ਦੂੰ ਤਾਂ ਕਹਾਂਗੇ ਬੇਕਾਰ ਵਾਸਤੇ ਇੱਕ ਦਿਨ ਸੋਨੂੰ ਵੀ ਪਤਾ ਨਾ ਅਜੇ 2000 ਤਾਂ ਦਿਨ ਹੋਏ ਨੇ ਹੁਣੀ ਜੁਆਇਨਿੰਗ ਇੱਦਾਂ ਛੱਡ ਕੇ ਕਿੱਥੇ ਟਾਈਮ ਪਾਸ ਤੂੰ ਧਮਕਿਆ ਦੇਣ ਲੱਗ ਗਈ ਇਹਨਾਂ ਪੇਕੇ ਵਗ ਜੂਗੀ ਮੈਂ ਤਾਂ ਇਹ ਕੁਛ ਨਹੀਂ ਕਿਹਾ ਸੰਕ ਮੰਮੀ ਨੇ ਕਿਹਾ ਹੈਗਾ ਮੈਨੂੰ ਤਾਂ ਤੂੰ ਇੱਕ ਦਿਨ ਚ ਰੰਗ ਬਦਲਾ ਗਈ ਐਵੇਂ ਬੇਫਾਲਤੂ ਨਾ ਕਰੋ ਠੀਕ ਹੈ ਆਪਦੀ ਮੰਮੀ ਨੂੰ ਸੰਭਾਲ ਲਓ ਉਹਨੂੰ ਕਹਿ ਲਓ ਕੀ ਸੰਭਾਲ ਲੈ ਪੁੱਠਾ ਉਹ ਬੋਲਦੀ ਹੈ ਮੈਂ ਕਿੰਨਾ ਟਾਈਮ ਹੋ ਗਿਆ ਸਾਰਾ ਕੰਮ ਤੇ ਕਰਦੀ ਆ ਉਹ ਫਿਰ ਜੇ ਹੁਣ ਕਰ ਲੂ ਫਿਰ ਇਹ ਚ ਕਿੱਡੀ ਗੱਲ ਹੈ ਤੇ ਤੂੰ ਕਰ ਲੈ ਕਿ ਮਰ ਜਾਏਗੀ ਮੈਨੂੰ 1 ਮਿੰਟ ਮੈਂ ਇੰਨੇ ਪੈਸੇ ਲਾਏ ਇੰਨਾ ਖਰਚ ਕੀਤਾ ਜੌਬ ਮਿਲੀ ਹੈ ਮੈਨੂੰ ਪਛਾਣ ਕਰਤਾ ਮੇਰੇ ਤੇ ਪੈਸੇ ਵੀ ਤਾਂ ਲੈ ਕੇ ਕਰੀ ਆਇਆ ਕਰੂੰ ਨਾ ਮੰਮੀ ਨੂੰ ਫੜਾਇਆ ਕਰੂੰ ਪੈਸੇ ਸਾਨੂੰ ਕੋਈ ਲੋੜ ਨਹੀਂ ਸਾਡੇ ਕੋਲ ਕਿੰਨੇ ਪੈਸੇ ਆ ਤੂੰ ਜਵਾਨ ਲੜਾਉਣ ਲੱਗ ਗਈ ਜਵਾਨ ਪਹਿਲੀ ਮੰਮੀ ਬੋਲੇ ਸੀ ਠੀਕ ਹੈ ਫਿਰ ਮੈਂ ਵੀ ਅੱਗੇ ਜਵਾਬ ਦੇਤਾ ਐ ਕਿਵੇਂ ਜਵਾਬ ਦੇਗਾ ਤੂੰ ਫਿਰ ਜੇ ਮੰਮੀ ਬੋਲਣਗੇ ਫਿਰ ਮੈਂ ਤਾਂ ਜਵਾਬ ਦਊਂਗੀ ਹੋ ਨਾ ਐ ਕਿਵੇਂ ਜਵਾਬ ਦੇਗੀ ਤੂੰ ਜਵਾਬ ਦੇਗੀ ਤੂੰ ਵੱਡੀ ਆ ਗਈ ਜਵਾਬ ਦੇਣ ਵਾਲੀ ਆਏ ਜਾਮ ਹੁੰਦਾ ਕਰ ਲਓ ਨੌਕਰੀਆਂ ਮੇਰੀ ਕੀ ਸੋਚ ਸੀ ਪਰ ਇਹਨਾਂ ਦੀ ਸੋਚ ਉਹ ਘਟੀਆ ਦੀ ਘਟੀਆ ਰੰਗ ਦਿਖਾਤਾ ਨਾ ਆਪਦਾ ਰੰਗ ਕਹਿੰਦੇ ਤਾਂ ਹੁੰਦੇ ਆ ਸੱਸ ਤਾਂ ਸੱਸ ਹੀ ਹੁੰਦੀ ਹੈ ਮੈਂ ਤਾਂ ਆਪਦੇ ਘਰੇ ਜਾਂਦੀ ਹਾਂ ਬਸ ਮੈਂ ਨਹੀਂ ਇੱਥੇ ਰਹਿ ਸਕਦੀ ਨਾ ਮੈਂ ਤਾਂ ਕੀ ਸੋਚਿਆ ਡਾਕਟਰ ਸਾਹਿਬ ਜੀ ਖੂਨ ਵਾਲਾ ਤਾਂ ਕੋਈ ਮਿਲਿਆ ਹੋ ਗਿਆ ਖੂਨ ਡੋਨੇਟ ਕਰ ਦਿੱਤਾ ਗਿਆ ਠੀਕ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਮੰਮੀ ਮੇਰੇ ਖਤਰੇ ਤੋਂ ਬਾਹਰ ਹੈ ਹਾਂਜੀ ਨਹੀਂ ਕੋਈ ਖਤਰਾ ਨਹੀਂ ਲੈ ਜਾ ਕਰੇ ਹਾਂਜੀ ਕਰੇ ਦੱਸ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਚਲੋ
ਲੈ ਮੰਮੀ ਬੈਠ ਪਾਣੀ ਮੈਂ ਪਾਣੀ ਲੈ ਕੇ ਬੇ ਪੁੱਤ ਬਹਿ ਜਾ ਤੂੰ ਮੇਰੇ ਕੋਲ ਪਾਣੀ ਲਿਆ ਨਾ ਬੇਬੇ ਤੂੰ ਕੋਈ ਨਾ ਪਾਣੀ ਲਿਆ ਦੀ ਬਹਿ ਜਾ ਪੁੱਤ ਹਾਏ ਹਾਏ ਬੇ ਪੁੱਤ ਮੇਰੀ ਗੱਲ ਸੁਣ ਹਾਂ ਸੁਣਾ ਮੰਮੀ ਮੇਰੇ ਤੋਂ ਤੇਰੇ ਮੂਰੇ ਹੱਥ ਬੰਨ ਕੇ ਇਹੀ ਬੇਨਤੀ ਹੈ ਕਿ ਮੇਰਾ ਪੁੱਤ ਸ਼ੇਰ ਜਿਹਨੇ ਮੇਰੀ ਜਾਨ ਬਚਾਈ ਆ ਮੇਰੇ ਗਰੁੱਪ ਵਾਲਾ ਸੀਗਾ ਜਿਹੜਾ ਬੰਦਾ ਜਾਂ ਕੋਈ ਗੁੜੀ ਮੈਨੂੰ ਮਿਲਾ ਦੇ ਪੁੱਤ ਮੈਂ ਤਾਂ ਉਹਦਾ ਧੰਨਵਾਦ ਕਰਨਾ ਚਾਹੁੰਦੀ ਆ ਨਹੀਂ ਮੈਂ ਅੱਜ ਜੱਗ ਤੇ ਨਹੀਂ ਰਹਿਣੀ ਸੀ ਮੰਮੀ ਉਹਨੂੰ ਘਰੇ ਨਹੀਂ ਲੈ ਕੇ ਆਇਆ ਨਾਲ ਹੀ ਅੱਛਾ ਹੂੰ ਕੌਣ ਹੈ ਪੁੱਤ ਬੁਲਾ ਫਿਰ ਉਹਨੂੰ ਤੂੰ ਦੇਖਣਾ ਚਾਹੁੰਦੀ ਆ ਹਾਂ ਪਾਲੀ ਦੇ ਪੁੱਤ ਮੇਰੀ ਨੂੰ ਵੀ ਆ ਰਹੀ ਹੈ ਘਰੇ ਹਾਂ ਮੰਮੀ ਅੱਛਾ ਲੈ ਤਾਂ ਬਾਲੀ ਵਧੀਆ ਗੱਲ ਹੋ ਗਈ ਪਾਲੀ ਜਿਉਂਦੀ ਬਸਦੀ ਰਹਤੀ ਹੈ ਬਹਿ ਜਾ ਹਾਏ ਹਾਏ ਮੈਂ ਤਾਂ ਤੈਨੂੰ ਦੇਖ ਕੇ ਅੱਧੀ ਠੀਕ ਹੋ ਜਾਊਂ ਲੈ ਮੇਰੀ ਧੀ ਘਰੇ ਆ ਗਈ ਮੇਰੀ ਹੁਣ ਉਹ ਗੱਲ ਵੀ ਪੂਰੀ ਕਰ ਦੇ ਮਿਲਿਆ ਦੇ ਨਾ ਉਹ ਬੰਦੇ ਨੂੰ ਜਿਹਨੇ ਮੈਨੂੰ ਫੋਨ ਦਿੱਤਾ ਮੰਮੀ ਪਾਲੀ ਹੈ ਜਿਹਦੇ ਤੇਰੀ ਜਾਨ ਬਚਾਈ ਹੈ ਸੱਚੀ ਪੁੱਤ ਹਾਂ ਹਾਏ ਪਾਲੀ ਪੁੱਤ ਮੈਨੂੰ ਮਾਫ਼ ਕਰ ਦਿੱਤੀ ਹੈ ਮੈਂ ਵੀ ਤੇਰੀ ਨੌਕਰੀ ਤੇ ਲੱਗ ਕੇ ਐਵੇਂ ਮੱਚੀ ਗਈ ਤੇਰੇ ਤੇ ਮੈਂ ਤਾਂ ਸਾਰਾ ਕੰਮ ਆਪ ਹੀ ਕਰ ਲਿਆ ਕਰੂ ਧੀਏ ਘਰ ਦਾ ਜਿਹਨੇ ਮੇਰੀ ਜਾਨ ਬਚਾਤੀ ਸੱਚੀ ਗੱਲ ਆ ਮੈਂ ਤਾਂ ਲੋਕਾਂ ਪਿੱਛੇ ਲੱਗ ਕੇ ਨਾ ਵੀ ਸੇਵਾ ਕਰਾ ਲਾ ਨੂੰ ਤੋਂ ਕੰਮ ਕਰਾਇਆ ਕਰ ਉਹ ਤੋਂ ਐਂ ਕਰਾ ਲਾ ਮੈਂ ਤਾਂ ਜਵਾਕੜੀ ਦੀ ਨੌਕਰੀ ਵੀ ਖੁੰਝਾਤੀ ਸੀ ਕੋਈ ਨਾ ਕੱਲ੍ਹ ਤੋਂ ਤੂੰ ਜਾਇਆ ਕਰੀ ਕੰਮ ਤੇ ਮੈਂ ਹੌਲੀ ਹੌਲੀ ਕੰਮ ਕਰ ਲਿਆ ਕਰੂੰ ਇੰਨੇ ਮੈਂ ਠੀਕ ਹੋ ਜਾਊਂਗੀ ਠੀਕ ਆ ਐਵੇਂ ਕਿਸੇ ਦੇ ਮਗਰ ਲੱਗ ਕੇ ਉਹਦਾ ਘਰ ਨਹੀਂ ਪੜਾ ਕੋਈ ਨਾ ਪੁੱਤ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਨਾ ਵੀ ਮੈਂ ਮਾਂ ਬਣ ਕੇ ਰਵਾਂ ਸੱਸ ਨਾ ਬਣਾ ਧੀਏ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਮਾਂ ਬਣ ਕੇ ਰਹੂੰ ਸੱਸ ਨਹੀਂ ਬਣਦੀ ਅੱਜ ਤੋਂ ਬਾਅਦ ਹਾਂਜੀ ਮੈਨੂੰ ਮਾਫ਼ ਕਰ ਦੇ ਸਤਿ ਸ਼੍ਰੀ ਅਕਾਲ ਦੋਸਤੋ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰ ਲਿਆ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸਾਡੀ ਨਵੀਂ ਨਵੀਂ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ